ਪੰਜਾਬ ਕੇਸਰੀ ਗਰੁੱਪ ਵੱਲੋਂ ਬਲਾਕ ਦੀਨਾਨਗਰ ਦੇ ਸਰਹੱਦੀ ਪਿੰਡ ਚੰਡੀਗੜ੍ਹ ਵਿੱਚ ਰਜਾਈਆਂ ਦਾ 487ਵਾਂ ਟਰੱਕ ਭੇਜਿਆ ਗਿਆ। ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ 350 ਦੇ ਕਰੀਬ ਰਜਾਈਆਂ ਵੰਡੀਆਂ ਗਈਆਂ। ਪੰਜਾਬ ਕੇਸਰੀ ਗਰੁੱਪ ਵੱਲੋਂ ਆਏ ਚੌਧਰੀ ਜੇਬੀ ਸਿੰਘ, ਯੋਗ ਆਚਾਰੀਆ ਵਰਿੰਦਰ ਸ਼ਰਮਾ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬ ਕੇਸਰੀ ਵੱਲੋਂ ਚਲਾਈ ਇਸ ਮੁਹਿੰਮ ਬਾਰੇ ਦੱਸਿਆ। ਇਸ ਮੌਕੇ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਡੀ ਨੇ ਵਿਜੇ ਚੋਪੜਾ ਜੀ ਅਤੇ ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕੀਤਾ। ਇਸ ਮੌਕੇ CRPF ਦੇ ਰਿਟਾਇਰਡ ਜਵਾਨ ਇੰਸਪੈਕਟਰ ਰਾਜ ਸਿੰਘ, ਪੂਰਨ ਚੰਦ ਸੈਣੀ, ਇਲਾਕੇ ਦੇ SHO ਬਲਦੇਵ ਸਿੰਘ ਆਦਿ ਹਾਜ਼ਰ ਸਨ। ਦੀਨਾਨਗਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਆਈਏ ਚੰਡੀਗੜ੍ਹ ਕਾ ਐਸਾ ਗਾਓ ਹੈ ਜੋ ਸੀਮਾਵਰਤੀ ਇਲਾਕੇ ਮੇ ਹੈ, ਜਿਸਮੇ ਪੰਜਾਬ ਕੇਸਰੀ ਹਿੰਦ ਸਮਾਚਾਰ ਪੱਤਰ ਸਮੂਹ ਕੀ ਔਰ ਸੇ ਆਈਏ 487ਵਾਂ ਟਰੱਕ ਬਾਂਟਾ ਜਾ ਰਿਹਾ ਹੈ ਔਰ ਇਸਮੇ 350 ਕੇ ਕਰੀਬ ਰਜਾਈ ਜੋ ਹੈ ਵੋ ਓਸਵਾਲ ਗਰੁੱਪ ਲੁਧਿਆਣਾ ਸੇ ਦੀ ਗਈ ਹੈ ਜੋ ਅੱਜ ਯਹਾਂ ਬਾਂਟੀ ਜਾ ਰਹੀ ਹੈ। ਤੋ ਯੇ ਮੁਹਿੰਮ ਆਜ ਨਹੀਂ ਬਲਕਿ 19 ਸਾਲ ਸੇ ਲਗਾਤਾਰ ਚੱਲ ਰਹੀ ਹੈ। ਇਸਸੇ ਪਹਿਲੇ ਜੰਮੂ ਕਸ਼ਮੀਰ ਕੇ ਬਾਰਡਰ ਪੇ ਲਗਾਤਾਰ ਹੋ ਰਹੀ ਫਾਇਰਿੰਗ ਕੇ ਕਾਰਨ ਜਾਂ ਜੋ ਵਿਸਥਾਪਿਤ ਪਰਿਵਾਰ ਥੇ ਉਨਕੇ ਬੀਚ ਮੇਂ ਬਾਂਟੀ ਗਈ, ਲੇਕਿਨ ਵਿਜੇ ਕੁਮਾਰ ਚੋਪੜਾ ਜੀ ਨੇ ਇੱਕ ਮੁਹਿੰਮ ਆਰੰਭ ਕੀ ਕਿ ਹਮਾਰੇ ਜੋ ਪੰਜਾਬ ਕੇ ਸੀਮਾਵਰਤੀ ਇਲਾਕੇ ਹੈ ਉਨਕੀ ਔਰ ਵੀ ਧਿਆਨ ਦਿਆ ਜਾਏ। ਤੋ ਆਜ ਯੇ ਮਿਖਲ 5ਵਾਂ ਜਾਂ 6ਵਾਂ ਟਰੱਕ ਹੈ ਜੋ ਯਹਾਂ ਬਾਂਟਾ ਜਾ ਰਿਹਾ ਹੈ। ਤੋ ਮੈਂ ਵਿਸ਼ੇਸ਼ ਤੌਰ ਪਰ ਆਭਾਰੀ ਹੂੰ SHO ਸਾਹਿਬ ਕਾ, ਬਲਦੇਵ ਰਾਜ ਸ਼ਰਮਾ ਜੀ ਕਾ ਔਰ ਸਭੀ ਮਹਾਨੁਭਾਵ ਕਾ ਜਿਨ੍ਹੋਂਨੇ ਆਜ ਹਮੇਂ ਯੇ ਮੌਕਾ ਦਿਆ। ਰਿਟਾਇਰਡ ਕਮਾਂਡਰ ਵੀ ਹਮਾਰੇ ਬੀਚ ਮੇਂ ਹੈ, ਪੂਰਨ ਚੰਦ ਸੈਣੀ ਜੀ ਵੀ, ਵਰਿੰਦਰ ਸ਼ਰਮਾ ਜੀ ਵੀ ਔਰ ਸਭੀ ਲੋਕ ਜਿਨ੍ਹੋਂਨੇ ਸੁਰਿੰਦਰ ਕੰਡੀ ਜੀ ਔਰ ਵਿਸ਼ੇਸ਼ ਤੌਰ ਪਰ ਰਿਟਾਇਰਡ ਇੰਸਪੈਕਟਰ ਰਾਜ ਸਿੰਘ ਜੀ ਕਾ ਜਿਨ੍ਹੋਂਨੇ ਕਿ ਇਸ ਟਰੱਕ ਕੋ ਬਾਂਟਨੇ ਕੇ ਲਈ ਆਪਣਾ ਬਹੁਤ ਸਹਿਯੋਗ ਦਿਆ ਔਰ ਮੈਂ ਉਨ ਸਭੀ ਧਾਰਮਿਕ, ਰਾਜਨੀਤਿਕ ਔਰ ਸੋਸ਼ਲ ਔਰਗਨਾਈਜੇਸ਼ਨ ਕਾ ਧੰਨਵਾਦ ਕਰਨਾ ਚਾਹੂੰਗਾ ਕਿ ਜਿਨ੍ਹੋਂਨੇ ਇਸ 19 ਸਾਲ ਮੇਂ ਲਗਾਤਾਰ ਆਜ ਯੇ 487 ਟਰੱਕ ਦੀਏ। ਤੋ ਮੈਂ ਉਨ ਸਭ ਕਾ ਧੰਨਵਾਦ ਕਰਨਾ ਚਾਹੂੰਗਾ। ਪੰਜਾਬ ਕੇਸਰੀ ਗਰੁੱਪ ਕੇ ਪ੍ਰਧਾਨ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਕੇ ਰਹਿਨੁਮਾਈ ਮੇਂ ਹਮ ਯਹਾਂ ਪਰ ਬਾਰਡਰ ਏਰੀਆ ਪਰ ਪਹੁੰਚੇ ਹੈਂ। ਪੰਜਾਬ ਕੇਸਰੀ ਕੀ ਇਹ ਟੀਮ ਜੇਬੀ ਸਿੰਘ ਚੌਧਰੀ ਜੀ ਕੇ ਨੇਤ੍ਰਿਤਵ ਮੇਂ ਯਹਾਂ ਪਰ ਆਈ ਹੈ ਔਰ ਜਿਸ ਗਾਓਂ ਮੇਂ ਹਮ ਖੜੇ ਹੈਂ ਯੂੰ ਇਸਕਾ ਨਾਮ ਚੰਡੀਗੜ੍ਹ ਹੈ, ਲੇਕਿਨ ਸ਼ਾਇਦ ਯਹਾਂ ਕੇ ਲੋਗੋਂ ਨੇ ਚੰਡੀਗੜ੍ਹ ਕੇ ਜੈਸੀ ਸੜਕੇ ਕਭੀ ਇਸ ਖੁਆਬ ਮੇਂ ਵੀ ਨਹੀਂ ਦੇਖੀ ਹੋਂਗੀ। ਕਭੀ ਦਰਿਆ ਆਤਾ ਹੈ ਗਾਓਂ ਕੋ ਬਹਾ ਕੇ ਲੈ ਜਾਤਾ ਹੈ, ਕਭੀ ਸਕੂਲੋਂ ਕੋ ਬਹਾ ਕੇ ਲੈ ਜਾਤਾ ਹੈ, ਕਭੀ ਸੜਕੋਂ ਕੋ ਬਹਾ ਕੇ ਲੈ ਜਾਤਾ ਹੈ, ਲੇਕਿਨ ਐਸੇ ਮੇਂ ਵੀ ਯੇ ਲੋਕ ਯਹਾਂ ਪਰ ਡਟ ਕੇ ਹਰ ਤਰ੍ਹਾਂ ਕੇ ਹਾਲਾਤ ਕਾ ਮੁਕਾਬਲਾ ਕਰਤੇ ਹੈ ਔਰ ਵਿਜੇ ਚੋਪੜਾ ਜੀ ਕੀ ਯੇ ਸੋਚ ਹੈ ਕਿ ਇਨ੍ਹੇ ਹਮਾਰੀ ਸਹਾਇਤਾ ਕੀ ਜ਼ਰੂਰਤ ਹੈ। ਤੋ ਯੇ 487ਵਾਂ ਟਰੱਕ ਜੋ ਰਾਹਤ ਸਮੱਗਰੀ ਕਾ ਹੈ ਵੋ ਯਹਾਂ ਹਮ ਲੋਕ ਲੈ ਕੇ ਆਏ ਹੈ। ਇਨ ਲੋਗੋਂ ਸੇ ਮਿਲ ਕੇ ਅੱਛਾ ਲਗਾ ਹੈ। ਜੋ ਲੋਕ ਬਾਂਟਨੇ ਕੇ ਲੀਏ ਯਹਾਂ ਪਰ ਹਮਾਰੇ ਸਾਥ ਹੈ ਉਨ ਸਭ ਕਾ ਧੰਨਵਾਦ ਹੈ ਔਰ ਵਿਜੇ ਚੋਪੜਾ ਜੀ ਕਾ ਯੇ ਸੰਦੇਸ਼ ਹੈ ਕਿ ਭਵਿਸ਼ਯ ਮੇਂ ਵੀ ਜਬ ਵੀ ਕਭੀ ਕਿਸੀ ਵੀ ਤਰ੍ਹਾਂ ਕੀ ਸਹਾਇਤਾ ਕੀ ਜ਼ਰੂਰਤ ਪੜੇਗੀ ਹਮ ਲੋਕ ਯਹਾਂ ਪਰ ਆਤੇ। ਇਨ ਸਮਾਚਾਰ ਦੇ ਸਮੂਹ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਤੋਂ ਉਹਨਾਂ ਦੇ ਸਮੂਹ ਸਟਾਫ ਵੱਲੋਂ ਜਿਹੜਾ ਇਹ ਰਾਹਤ ਸਮੱਗਰੀ ਗਰੀਬ ਲੋਕਾਂ ਵਿੱਚ ਵੰਡੀ ਜਾ ਰਹੀ ਹੈ। ਪਹਿਲਾਂ ਵੀ ਇਹਨਾਂ ਨੇ ਕਾਫੀ ਜੰਮੂ ਕਸ਼ਮੀਰ ਦੇ ਏਰੀਏ ਵਿੱਚ ਮਦਦ ਕੀਤੀ ਹੈ ਅਤੇ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਸਾਡਾ ਏਰੀਆ ਹੈ, ਬਾਰਡਰ ਬੈਲਟ ਹੈ, ਇਹ ਪਛੜਿਆ ਹੋਏ ਲੋਕ ਨੇ, ਗਰੀਬ ਲੋਕ ਨੇ ਅਤੇ ਇਹਨਾਂ ਨੇ ਅੱਜ ਜਿਹੜਾ 487ਵਾਂ ਟਰੱਕ ਇੱਥੇ
ਲੋਕਾਂ ਨੂੰ ਰਾਹਤ ਸਮੱਗਰੀ, ਉਹਨਾਂ ਨੂੰ ਕੱਪੜੇ, ਉਹਨਾਂ ਦੀ ਜ਼ਰੂਰਤਮੰਦ ਚੀਜ਼ਾਂ ਦੇਣ ਵਾਸਤੇ ਭੇਜਿਆ ਵਾ। ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਹੈ। ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਇਹ ਸੰਸਥਾ ਸਾਰੀਆਂ ਕੰਮ ਕਰਦੇ ਨੇ ਅਤੇ ਗਰੀਬਾਂ ਦਾ ਦੀ ਮਦਦ ਹੋ ਸਕਦੀ ਹੈ। ਅੱਜ ਚੰਡੀਗੜ੍ਹ ਇਲਾਕੇ ਦੇ ਵਿੱਚ ਬਾਰਡਰ 'ਤੇ 487ਵਾਂ ਟਰੱਕ ਜਿਹੜੀਆਂ ਕਿ ਰਜਾਈਆਂ ਦਾ ਵੰਡਿਆ ਜਾ ਚੁੱਕਾ ਹੈ। 3 ਟਰੱਕ ਅੱਗੇ ਵੀ ਰਜਾਈਆਂ ਦੇ ਬਾਰਡਰ ਦੇ ਉੱਤੇ ਵੰਡੇ ਜਾ ਚੁੱਕੇ ਨੇ। ਬਹੁ ਵਿਜੇ ਕੁਮਾਰ ਚੋਪੜਾ ਜੀ ਦਾ ਆਦੇਸ਼, ਬਹੁ ਵਿਜੇ ਕੁਮਾਰ ਚੋਪੜਾ ਜੀ ਦਾ ਆਸ਼ੀਰਵਾਦ ਦੇ ਨਾਲ ਇਹ 487ਵਾਂ ਟਰੱਕ ਅੱਜ ਵੀ ਚੰਡੀਗੜ੍ਹ ਬਾਰਡਰ ਦੇ ਏਰੀਏ 'ਚ ਵੰਡਿਆ ਜਾ ਰਿਹਾ ਹੈ। ਬਹੁ ਜੀ ਦਾ ਕਹਿਣਾ, ਹਮੇਸ਼ਾ ਹੀ ਅਸੀਂ ਬਾਰਡਰ ਦੇ ਜਿੰਨੇ ਵਸਨੀਕ ਨੇ ਉਹਨਾਂ ਦੇ ਨਾਲ ਹਮੇਸ਼ਾ ਤਨੋ ਮਨੋ ਧਨੋ ਵਾਸਤੇ, ਉਹਨਾਂ ਦੇ ਨਾਲ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਹਮੇਸ਼ਾ ਦਿਨ ਰਾਤ ਚੜ੍ਹਦੀ ਕਲਾ ਹੀ ਰਵਾਂ। ਦੀਨਾਨਗਰ ਦੇ ਹਲਕੇ ਵਿੱਚ ਬਾਰਡਰ ਦਾ, ਚੰਡੀਗੜ੍ਹ ਦਾ ਪਿੰਡ ਬਹੁ ਵਿਜੇ ਕੁਮਾਰ ਚੋਪੜਾ ਜੀ ਦੀ ਮਿਹਰ ਸਦਕਾ ਇੱਥੇ ਪਹੁੰਚੇ ਹਾਂ। 487ਵਾਂ ਟਰੱਕ ਅੱਜ ਇੱਥੇ ਲੈ ਕੇ ਰਜਾਈਆਂ ਦਾ ਇਸ ਪਿੰਡ ਵਿੱਚ ਬਹੁ ਜੀ ਦੇ ਆਸ਼ੀਰਵਾਦ ਨਾਲ ਇੱਥੋਂ ਦੇ ਸ਼ਹੀਦ ਪਰਿਵਾਰਾਂ ਲਈ ਅਤੇ ਬਾਰਡਰ ਦੇ ਗਰੀਬ ਲੋਕਾਂ ਲਈ ਪਹੁੰਚਾਇਆ ਗਿਆ ਹੈ। ਪਹਿਲਾਂ ਵੀ ਰਾਵੀ ਤੋਂ ਪਾਰ ਕੁਝ 7-8 ਪਿੰਡ ਜੋ ਸਾਡੇ ਟਾਪੂ ਹੈ ਉੱਥੇ ਵੀ ਜਾ ਕੇ ਆਏ ਸੀ, ਪਰ ਇਹ ਵੀ ਪਿੰਡ ਉਹਨਾਂ ਦਾ ਇੱਕ ਹਿੱਸਾ ਹੀ ਹੈ ਕਿ ਜਿੱਥੇ ਕਹਿਣ ਨੂੰ ਤਾਂ ਚੰਡੀਗੜ੍ਹ ਹੈ ਅਤੇ ਪਰ ਇੱਥੋਂ ਦੀਆਂ ਸਹੂਲਤਾਂ ਦੇਖ ਕੇ ਦੁੱਖ ਲੱਗਦਾ ਜੀ ਵੀ ਇਹ ਵੀ ਸਾਡੇ ਪੰਜਾਬ ਵਿੱਚ ਜਾਂ ਸਾਡੇ ਹਿੰਦੁਸਤਾਨ ਦੀ ਹੈ। ਅਸੀਂ CRPX ਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਇਲਾਕੇ ਵਿੱਚ ਪਹੁੰਚ ਕੇ ਹਰ ਵਰਗ ਨੂੰ ਇੱਕ ਅੱਖ ਨਾਲ ਵੇਖਿਆ। ਸਾਡੀ ਐਸੋਸੀਏਸ਼ਨ ਵਿਜੇ ਚੋਪੜਾ ਜੀ ਦਾ ਸਦਾ ਆਭਾਰੀ ਰਹੇਗੀ ਜਿਨ੍ਹਾਂ ਨੇ ਇਸ ਇਲਾਕੇ 'ਤੇ ਮਿਹਰਬਾਨੀ ਕੀਤੀ ਹੈ। ਧੰਨਵਾਦ।